ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਬੇਟਾ? ਅੱਜ ਬੇਟਾ ਆਪਾਂ ਆਪਣੀ ਗਣਿਤ ਦੀ ਕਿਤਾਬ ਦੇ ਪੰਨਾ ਨੰਬਰ 52-53 ਤੋਂ ਬਹੁਵਿਕਲਪਿਕ ਪ੍ਰਸ਼ਨ ਹੱਲ ਕਰਾਂਗੇ। ਬਹੁਵਿਕਲਪਿਕ ਪ੍ਰਸ਼ਨ ਬੇਟਾ ਕੀ ਹੁੰਦੇ ਨੇ ਕਿ ਇੱਕ ਪ੍ਰਸ਼ਨ ਦੇ ਚਾਰ ਉੱਤਰ ਦਿੱਤੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਸਹੀ ਉੱਤਰ ਚੁਣ ਕੇ ਉਸ ਉੱਪਰ ਆਪਾਂ ਸਹੀ ਦਾ ਨਿਸ਼ਾਨ ਲਗਾਉਣਾ ਹੁੰਦਾ ਹੈ। ਸਭ ਤੋਂ ਪਹਿਲਾ ਪ੍ਰਸ਼ਨ ਬੇਟਾ, 1500 × 30 × 0, ਇਸਦਾ ਬੇਟਾ ਆਪਾਂ ਹੱਲ ਲੱਭਣਾ ਹੈ। ਚਾਰ ਹੇਠਾਂ ਉੱਤਰ ਦਿੱਤੇ ਨੇ, ਇਹਨਾਂ ਵਿੱਚੋਂ ਸਹੀ ਉੱਤਰ ਚੁਣ ਕੇ ਉਸ ਉੱਪਰ ਸਹੀ ਦਾ ਨਿਸ਼ਾਨ ਆਪਾਂ ਲਗਾਵਾਂਗੇ। 1500 × 30 × 0, ਹੁਣ ਬੇਟਾ ਇਹਦਾ ਗੁਣਨਫਲ ਆਪਾਂ ਲੱਭਣਾ ਹੈ। ਜਦੋਂ ਵੀ ਕੋਈ ਸੰਖਿਆ 0 ਨਾਲ ਗੁਣਾ ਹੁੰਦੀ ਹੈ ਤਾਂ ਉਸਦਾ ਗੁਣਨਫਲ 0 ਹੁੰਦਾ ਹੈ। ਹੁਣ ਦੇਖੋ ਬੇਟਾ ਇੱਥੇ ਕੀ ਆ, 1500 × 30 ਦੋ ਸੰਖਿਆਵਾਂ ਨੇ ਜਿਹੜੀਆਂ ਗੁਣਾ ਹੋ ਰਹੀਆਂ ਨੇ, ਪਰੰਤੂ ਤੀਸਰੀ ਸੰਖਿਆ ਕੀ ਹੈ? 0। ਫਿਰ 0 ਹੋਣ ਦੇ ਕਾਰਨ ਸਾਰੀ ਸੰਖਿਆ ਦਾ ਗੁਣਨਫਲ ਕੀ ਆਵੇਗਾ? 0। ਆਪਾਂ ਨੂੰ ਗੁਣਾ ਦੇ ਗੁਣਾ ਬਾਰੇ ਜਾਣਕਾਰੀ ਹੈ ਕਿ ਜਦੋਂ ਕਿਸੇ ਵੀ ਸੰਖਿਆ ਨੂੰ 0 ਦੇ ਨਾਲ ਗੁਣਾ ਕਰਦੇ ਹਾਂ ਤਾਂ ਉਹਦਾ ਗੁਣਨਫਲ ਕੀ ਆ? 0 ਹੋਵੇਗਾ। ਫਿਰ ਇਸ ਸੰਖਿਆ ਦਾ ਗੁਣਨਫਲ ਕਿੰਨਾ ਹੈ? 0। ਸੀ ਆਨਸਰ ਆਪਣਾ ਸਹੀ ਹੈ। ਸਵਾਲ ਬੇਟਾ, 9999 ਭਾਗ 1, ਚਾਰ ਉੱਤਰ ਦਿੱਤੇ ਨੇ, ਸਹੀ ਉੱਤਰ ਆਪਾਂ ਚੁਣ ਕੇ ਸਹੀ ਦਾ ਨਿਸ਼ਾਨ ਲਗਾਵਾਂਗੇ। 9999 ਭਾਗ 1, ਹੁਣ ਬੇਟਾ ਇੱਕ ਸੰਖਿਆ ਨਾਲ ਜਦੋਂ ਆਪਾਂ ਕਿਸੇ ਸੰਖਿਆ ਨੂੰ ਭਾਗ ਕਰਦੇ ਹਾਂ ਤਾਂ ਸੰਖਿਆ ਜਿਹੜੀ ਆ ਉਹ ਉਹੀ ਰਹਿੰਦੀ ਹੈ। ਤੁਸੀਂ ਗੁਣ ਭਾਗ ਦੇ ਗੁਣ ਜਿਹੜੇ ਉਹ ਚੰਗੀ ਤਰ੍ਹਾਂ ਪੜ੍ਹ ਚੁੱਕੇ ਹੋ ਕਿ ਜਦੋਂ ਕਿਸੇ ਸੰਖਿਆ ਨੂੰ 1 ਨਾਲ ਭਾਗ ਕਰਦੇ ਹਾਂ ਤਾਂ ਸਾਨੂੰ ਉੱਤਰ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ। ਫਿਰ ਇਹਦੇ ਅਨੁਸਾਰ ਬੇਟਾ 9999 ਹੀ ਸਾਡਾ ਉੱਤਰ ਹੋਵੇਗਾ। ਫਿਰ ਇਹਨਾਂ ਚੋਂ ਸਹੀ ਉੱਤਰ ਕਿਹੜਾ ਹੈ ਬੇਟਾ? ਡੀ ਉੱਤਰ ਸਹੀ ਹੈ, 9999। ਬੇਟਾ 7500 × 40 = 40 × ਖਾਲੀ ਥਾਂ, ਚਾਰ ਉੱਤਰ ਨੇ ਬੇਟਾ, ਇਹਨਾਂ ਵਿੱਚੋਂ ਆਪਾਂ ਸਹੀ ਉੱਤਰ ਚੁਣਾਂਗੇ। 7500 × 40 = 40 × ਖਾਲੀ ਥਾਂ। ਹੁਣ ਬੇਟਾ ਦੇਖੋ ਇੱਥੇ ਕੀ ਆ, 40 ਬਾਅਦ ਵਿੱਚ ਆਇਆ ਤੇ ਬਰਾਬਰ ਤੋਂ ਬਾਅਦ 40 ਪਹਿਲਾਂ ਆ ਗਿਆ। ਗੁਣਾ ਦੇ ਗੁਣ ਦੇ ਦੇਖੀਏ ਆਪਾਂ ਤਾਂ ਜਦੋਂ ਵੀ ਆਪਾਂ ਗੁਣਾ ਦੇ ਰਕਮਾਂ ਦੀ ਤਰਤੀਬ ਬਦਲੀਏ ਤਾਂ ਗੁਣਨਫਲ ਵਿੱਚ ਕੋਈ ਫਰਕ ਨਹੀਂ ਪਵੇਗਾ। ਫਿਰ ਚਾਹੇ 7500 ਪਹਿਲਾਂ ਆ ਜੇ, ਚਾਹੇ 7500 ਬਾਅਦ ਵਿੱਚ, ਇਸੇ ਤਰ੍ਹਾਂ 40 ਚਾਹੇ ਬਾਅਦ ਵਿੱਚ ਹੋਵੇ ਜਾਂ 40 ਪਹਿਲਾਂ ਹੋਵੇ, ਇਹਨਾਂ ਦਾ ਗੁਣਨਫਲ ਉਹੀ ਰਹੇਗਾ। ਫਿਰ ਆਪਣੇ ਬੇਟਾ ਇਸ ਖਾਲੀ ਥਾਂ ਤੇ ਕਿਹੜੀ ਸੰਖਿਆ ਆਵੇਗੀ? ਡੀ, 7500। ਉਸ ਤੋਂ ਅੱਗੇ ਬੇਟਾ 8899 ਭਾਗ 8899, ਬੇਟਾ ਚਾਰ ਉੱਤਰ ਨੇ, ਸਹੀ ਉੱਤਰ ਚੁਣ ਕੇ ਸਹੀ ਦਾ ਨਿਸ਼ਾਨ ਆਪਾਂ ਲਗਾਵਾਂਗੇ। 8899 ਭਾਗ 8899, ਦੋਨੋਂ ਸੰਖਿਆਵਾਂ ਜਿਹੜੀਆਂ ਨੇ ਬੇਟਾ ਇੱਕੋ ਜਿਹੀਆਂ ਨੇ। ਫਿਰ ਜਦੋਂ ਦੋਨੋਂ ਇੱਕੋ ਜਿਹੀਆਂ ਸੰਖਿਆਵਾਂ ਨੂੰ ਆਪਸ ਵਿੱਚ ਭਾਗ ਕਰਦੇ ਹਾਂ ਤਾਂ ਸਾਨੂੰ ਉੱਤਰ ਜਿਹੜਾ ਉਹ 1 ਹੀ ਪ੍ਰਾਪਤ ਹੋਵੇਗਾ। ਤੇ ਭਾਗ ਦੇ ਗੁਣ ਬਾਰੇ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਕਿਸੇ ਸੰਖਿਆ ਨੂੰ ਉਸੇ ਸੰਖਿਆ ਨਾਲ ਹੀ ਭਾਗ ਕਰਦੇ ਹਾਂ ਤਾਂ ਉੱਤਰ ਹਮੇਸ਼ਾ 1 ਹੀ ਪ੍ਰਾਪਤ ਹੁੰਦਾ ਹੈ। ਤਾਂ ਫਿਰ ਬੇਟਾ ਇਹਨਾਂ ਵਿੱਚੋਂ ਆਪਣਾ ਸਹੀ ਉੱਤਰ ਕੀ ਹੋਵੇਗਾ? ਬੀ। ਅਗਲਾ ਸਵਾਲ ਬੇਟਾ, ਦੋ ਸੰਖਿਆਵਾਂ ਦਾ ਗੁਣਨਫਲ 256 ਹੈ, ਜੇਕਰ ਇੱਕ ਸੰਖਿਆ 256 ਹੋਵੇ ਤਾਂ ਦੂਸਰੀ ਸੰਖਿਆ ਹੋਵੇਗੀ? ਪ੍ਰਸ਼ਨ ਹੈਗਾ ਬੇਟਾ, ਚਾਰ ਉੱਤਰ ਨੇ, ਇਹਨਾਂ ਵਿੱਚੋਂ ਇੱਕ ਸਹੀ ਉੱਤਰ ਚੁਣ ਕੇ ਆਪਾਂ ਸਹੀ ਦਾ ਨਿਸ਼ਾਨ ਲਾਉਣਾ ਹੈ। ਸਵਾਲ ਅਨੁਸਾਰ ਦੋ ਸੰਖਿਆਵਾਂ ਦਾ ਗੁਣਨਫਲ 256 ਹੈ, ਆਪਾਂ ਕੀ ਲੱਭਣਾ ਹੈ ਕਿ ਆਪਣੀ ਦੂਸਰੀ ਸੰਖਿਆ ਕਿਹੜੀ ਹੈ ਜਿਹਦੇ ਨਾਲ ਗੁਣਨਫਲ 256 ਆਇਆ ਹੈ। ਤੇ ਗੁਣਾ ਦੇ ਗੁਣ ਵੇਖੀਏ ਆਪਾਂ ਤਾਂ ਕਿਸੇ ਵੀ ਸੰਖਿਆ ਨੂੰ ਜਦੋਂ ਆਪਾਂ 1 ਨਾਲ ਗੁਣਾ ਕਰਦੇ ਹਾਂ ਤਾਂ ਉਸਦਾ ਗੁਣਨਫਲ ਉਹੀ ਹੁੰਦਾ ਹੈ ਜੋ ਸੰਖਿਆ ਹੋਵੇ। ਫਿਰ ਬੇਟਾ ਇੱਥੇ ਆਪਾਂ ਇਹਨੂੰ ਸੰਖਿਆ ਨੂੰ 1 ਨਾਲ ਗੁਣਾ ਕਰਾਂਗੇ ਤਾਂ ਸਾਨੂੰ ਗੁਣਨਫਲ 256 ਪ੍ਰਾਪਤ ਹੋਵੇਗਾ। ਫਿਰ ਇਹਨਾਂ ਵਿੱਚੋਂ ਕਿਹੜਾ ਉੱਤਰ ਸਹੀ ਹੈ? ਏ। ਸਵਾਲ ਬੇਟਾ, ਜੇਕਰ 894 × 100 = 89400 ਹੋਵੇ ਤਾਂ 894 × 10, ਚਾਰ ਉੱਤਰ ਨੇ ਬੇਟਾ, ਇਹਨਾਂ ਵਿੱਚੋਂ ਆਪਾਂ ਸਹੀ ਉੱਤਰ ਚੁਣ ਕੇ ਸਹੀ ਦਾ ਨਿਸ਼ਾਨ ਲਗਾਵਾਂਗੇ। 894 × 100 = 89400,
दूसरे पास बेटा 894 गुणा 10 ये गुणनफल आपां कट्टा है कि किन्ना आता। हुण बेटा देखो ये संख्या 100 नाल गुणा किया तो 100 दे विच किन्ने जीरो ने 2 तो फिर अपने गुणनफल विच भी किन्ने जीरो आई 2। हुण दूसरे पास बेटा गुणा हो रही है 10 दे नाल तो फिर ये किन्ने जीरो ने 1 फिर अपना जिहड़ा गुणनफल इहदा आवेगा उहदे विच किन्ने जीरो होणगियां 1 ही होवेगी। फिर आपां देखिए कि अपना ਕਿਹੜਾ ਉੱਤਰ ਸਹੀ ਆ। ਸੀ ਦੇਖੀਏ 8940। ਇਹ ਬੇਟਾ ਜੋ ਸਵਾਲ ਅੱਜ ਆਪਾਂ ਹੱਲ ਕੀਤੇ ਨੇ ਉਹ ਤੁਹਾਨੂੰ ਸਮਝ ਆ ਗਏ ਹੋਣਗੇ। ਹੁਣ ਬੇਟਾ ਤੁਸੀਂ ਆਪਣੀ ਕਿਤਾਬ ਦੇ ਪੰਨਾ ਨੰਬਰ 52-53 ਉੱਪਰ ਜੋ ਸਵਾਲ ਨੇ ਉਹ ਘਰ ਦੀ ਕਾਪੀ ਤੇ ਹੱਲ ਕਰਨੇ ਨੇ। ਅੱਜ ਦੇ ਲਈ ਇੰਨਾ ਹੀ। ਧੰਨਵਾਦ।